सत वणकम नमस्कार ये है क्रिकेट का कहानी कार ओकी हारको मतलब आज का जो वीडियो होगा वो मैं आधा वीडियो करांगा पंजाबी विच आधा वीडियो करूंगा हिंदी में प्रभु मालको क्योंकि शामी पंजाब खेल रही है ते थोड़ी बहुत थोड़ी बहुत बात जो है वो कल के मैच भी करनी कल के मैच की भी करनी बाकी है प्रभु तो आइए शुरू करते हैं फिर गुरदास तो 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 सबसे पहली बात दो सौ बहत्तर पर तो आप लोकसभा का चुनाव भी जीत जाते हैं तालियां जो भी जीते वो बाद की बात है लेकिन दो सौ बहत्तर पे तो आप चुनाव भी जीत जाते हैं दो पे मैच तो जीत ही जाएंगे कोलकाता वालों क्या तोड़ू फोड़ू बैटिंग की है कोलकाता ने भाई वो भी दिल्ली के घर में जाके तो अब मतलब वो मिथक टूटने लगे हैं कि घरेलू टीमें मैचेस जीत रही हैं अब दो बार आर भी हार गई अब दिल्ली भी हार गई पर सुनील नाम के लोग तो फिर कमाल कर ही देते हैं स्पेशली जो खेलते हैं सिर्फ जो खेलते हैं वो सुनील नाम के लोग कमाल करते हैं कितने आ, पचासी के आसपास नारायण साहब ने रन बना दिए और मैं लगातार इन वीडियोस में बताता आ रहा हूँ कि जब जब गौतम गंभीर कोलकाता के साथ जुड़े हैं उन्होंने सुनील नारायण को ओपनिंग करवाई है और सुनील नारायण जब गौतम गंभीर के साथ एज एन ओपनर आते हैं तो फिर पटाखे पा देते हैं वही इन्होंने किया दूसरा बेहतरीन काम किया अंग्रेश रघुवंशी ओहो सत्ताईस गेंदों में चौवन रन एक फिल्म थी सलमान की सूर्यवंशी ये हैं रघुवंशी ओके मतलब भाई ये भी कड़क है भाई वो भी कड़क है तीसरा काम किया एंड्रे रसल ने रस्से में डाल डाल के जो गेंदे उन्होंने घुमाई हैं और बाहर फेंकी हैं कितने मैंने लिखे हुए हैं उन्नीस गेंदों में इकतालीस रन दो बना के फिर आप हार नहीं सकते लेकिन जो हैदराबाद और मुंबई वाला जो मैच था जहां दो बने थे वहां मुंबई ने 246 बनाए थे मैच में 523 सौ एग्जैक्ट रन बने थे यहां मजा नहीं आया मतलब 106 रन से दिल्ली हार गई यार इसी अफसोस में कल छोले भटूरे खाऊंगा नहीं खाऊंगा मोटापा अच्छी चीज नहीं है अच्छी चीज क्या है अच्छी चीज है आज के मैच की कहानियां तो आ जाओ पंजाबीओ चक लो फिर गिलास लस्सी वाला पंजाबीच गल करांगे आज पंजाब दे मैच दी बवा आज कई वरी मेरे मुंह निकलने वाली है क्योंकि मैच आज दा खास है माल्को ਬੜੀਆਂ ਕਹਾਣੀਆਂ ਐ ਇਸ ਮੈਚ ਦੀਆਂ ਬਹੁਤ ਤਤੀਆਂ ਤਤੀਆਂ ਆਹਾ ਤਵੇ ਤੋਂ ਲੈਂਦੀਆਂ ਹੋਈਆਂ ਪਤਲੀ ਪਤਲੀ ਤੇ ਤੰਦੂਰ ਤੋਂ ਨਿਕਲਦੀਆਂ ਹੋਈਆਂ ਕੜਕੜਕ ਰੋਟੀਆਂ ਵਰਗੀਆਂ ਤਤੀਆਂ ਤਤੀਆਂ ਗਰਮਾ ਗਰਮ ਕਹਾਣੀਆਂ ਪਹਿਲੀ ਕਹਾਣੀ ਜਿਹੜੀ ਚੀਖ ਚੀਖ ਕੇ ਚੰਗਾੜੇ ਮਾਰ ਮਾਰ ਕੇ ਤੁਹਾਨੂੰ ਕਹਿ ਰਹੀ ਹੈ ਕਿ ਮੈਨੂੰ ਸੁਣੋ ਮੈਨੂੰ ਸੁਣੋ ਇੱਕ ਇੱਕ ਪਾਸੇ ਗੱਬਰੂ ਪੰਜਾਬ ਦਾ ਸਰਪੰਚ ਗੁਜਰਾਤ ਦਾ ਸ਼ੁਭਮਨ ਗੇਲਾ ਮੁੰਡਾ ਫਾਜ਼ਲ ਕਾ ਦਾ ਤੇ ਇੱਕ ਪਾਸੇ ਪੂਰੀ ਦੀ ਪੂਰੀ ਪੰਜਾਬ ਦੀ ਟੀਮ ਹੈ ਮਾਲਕੋ ਮਤਲਬ ਪੰਜਾਬੀਆਂ ਦੇ ਦਿਲ ਦੇਖੋ 10-20% ਤੱਕ ਗੁਜਰਾਤ ਵੱਲ ਵੀ ਝੁਕੇ ਹੋਣਗੇ ਹੈਨਾ 10 ਤੋਂ 20% ਦਿਲ ਤਾਂ ਆਪਣੇ ਗੁਜਰਾਤ ਵੱਲ ਵੀ ਹੋਣਗੇ ਦੇਖੋ ਮੁੰਡਾ ਹੈ ਤਾਂ ਪੰਜਾਬ ਦਾ ਅੱਜ ਦੀ ਤਰੀਕ ਵਿੱਚ ਭਾਰਤੀ ਕ੍ਰਿਕਟ ਦੇ ਅੰਦਰ ਪੰਜਾਬ ਤੋਂ ਆਉਣ ਵਾਲਾ ਸਭ ਤੋਂ ਜਿਹੜਾ ਕਮਾਲ ਦਾ ਕ੍ਰਿਕਟਰ ਹੈ ਉਹ ਤਾਂ ਸ਼ੋਬਨ ਗਿੱਲ ਹੈ ਇਹ ਤਾਂ ਤੁਹਾਨੂੰ ਗੱਲ ਮੰਨਣੀ ਪਊਗੀ ਹੈਨਾ ਹੋਰ ਵੀ ਹੈਗੇ ਬੜੇ ਸਾਡੇ ਸੁਪਰਸਟਾਰ ਹੈ ਜਿਹੜੇ ਹੌਲੀ-ਹੌਲੀ ਉੱਤੇ ਆ ਰਹੇ ਆਂ ਤੇ ਸਟਾਰ ਬਣ ਚੁੱਕੇ ਆਂ ਪਰ ਗਿੱਲ ਸਾਹਿਬ ਗਿੱਲ ਸਾਹਿਬ ਹੈ ਤਾਂ ਥੋੜਾ ਤਾਂ ਅਜਦਾ ਦਿਲ ਦਾ ਚੁਕਾਵ ਆਪਣਾ ਵੀ ਮਾੜਾ ਮੋਟਾ ਹੋਣਾ ਹੀ ਹੈ ਨਹੀਂ ਦੱਸੋ ਥੱਲੇ ਕਮੈਂਟਾਂ ਵਿੱਚ ਕਿ ਦਿਲ ਦਾ ਕਿੰਨੇ ਪਰਸੈਂਟ ਹਿੱਸਾ ਤੁਹਾਡਾ ਗੁਜਰਾਤ ਨੂੰ ਸਪੋਰਟ ਕਰ ਰਿਹਾ ਸ਼ੁਮਨ ਗਿੱਲ ਕਰਕੇ ਤੇ ਕਿੰਨੇ ਪਰਸੈਂਟ ਹਿੱਸਾ ਪੰਜਾਬ ਨੂੰ ਸਪੋਰਟ ਕਰ ਰਿਹਾ ਮੈਂ ਦੱਸਾਂ ਮੇਰਾ 75% ਪੰਜਾਬ ਨੂੰ ਹੈ ਤੇ 25% ਗੁਜਰਾਤ ਨੂੰ ਹੈ ਦੇਖੋ ਸ਼ੁਮਨ ਗਿੱਲ ਜਿੱਥੇ ਪੈਦਾ ਹੋਏ ਸੀ ਉਹ ਜ਼ਿਲ੍ਹਾ ਸੀ ਫਾਜ਼ਿਲਕਾ ਤੇ ਮੇਰਾ ਪਿੰਡ ਹੈ ਮੇਰਾ ਸ਼ਹਿਰ ਹੈ ਫਾਜ਼ਿਲਕਾ ਦੇਖੋ ਮੁੰਡੇ ਫਾਜ਼ਿਲਕਾ ਦੇ ਵੀ ਠੀਕ ਹੀ ਹੁੰਦੇ ਨਿਕਲਦੇ ਆ ਨਹੀਂ ਇਹ ਸਭ ਤੋਂ ਤੱਤੀ ਕਹਾਣੀ ਹੈ ਇਸ ਕਹਾਣੀ ਤੇ ਜਿੰਨੀ ਮਰਜ਼ੀ ਆਪਾਂ ਚਰਚਾ ਕਰ ਲਈਏ ਮਤਲਬ ਆਪਣੇ ਕੋ ਰੋਕਿਆ ਨਹੀਂ ਜਾਣਾ ਪਰ ਇਹ ਸਭ ਤੋਂ ਵੱਡੀ ਕਹਾਣੀ ਹੈ ਸ਼ੋਬਨ ਗਿਲ ਦੇ ਸਾਹਮਣੇ ਪੰਜਾਬ ਪੂਰੀ ਦੀ ਪੂਰੀ ਪੰਜਾਬ ਦੀ ਟੀਮ ਦੂਜੀ ਕਹਾਣੀ ਕੀ ਹੈ ਕਿ ਗੁਜਰਾਤ ਆਪਣੇ ਘਰੇ ਲਗਾਤਾਰ ਤੀਜੀ ਜਿੱਤ ਹਾਸਲ ਕਰ ਸਕਦੀ ਹੈ ਹਾਲੇ ਤੱਕ ਹੋਮ ਡੋਮੀਨੇਸ਼ਨ ਰਿਹਾ ਹੈ ਚੇਨਈ ਨੇ ਦੋ ਮੈਚ ਜਿੱਤੇ ਹਨ ਬੈਂਗਲੌਰ ਨੇ ਦੋ ਮੈਚ ਹਾਰੇ ਹਨ ਦਿੱਲੀ ਇੱਕ ਜਿੱਤੀ ਇੱਕ ਹਾਰੀ ਪੰਜਾਬ ਨੇ ਇੱਕੋ ਮੈਚ ਆਪਣੇ ਘਰ ਖੇਲੇ ਜਿੱਤੇ ਲਖਣਊ ਵਾਲਿਆਂ ਨੇ ਇੱਕ ਖੇਲੇ ਦੋ ਦੋ ਖੇਲੇ ਜਿੱਤੇ ਹਨ ਰਾਜਸਥਾਨ ਵਾਲਿਆਂ ਨੇ ਆਪਣੇ ਘਰ ਦੋ ਖੇਲੇ ਜਿੱਤੇ ਹਨ ਗੁਜਰਾਤ ਨੇ ਵੀ ਆਪਣੇ ਘਰ ਦੋ ਖੇਲੇ ਜਿੱਤੇ ਹਨ ਮੁੰਬਈ ਵਾਲੇ ਹਾਰ ਗਏ ਸੀ ਕੋਈ ਗੱਲ ਨਹੀਂ ਕੀ ਗੁਜਰਾਤ ਹੈਟ੍ਰਿਕ ਬਣਾ ਸਕਦੀ ਹੈ ਆਪਣੇ ਘਰ ਜਿੱਤਾਂ ਦੀ ਮਤਲਬ ਤੁਸੀਂ ਮੁੰਬਈ ਨੂੰ ਤਗੜੀ ਟੀਮ ਨੂੰ ਆਪਣੇ ਘਰ ਹਰਾਇਆ ਤੁਸੀਂ ਹైదరాబాద్ ਨੂੰ ਬੁਲਾ ਕੇ ਆਪਣੇ ਘਰ ਹਰਾਇਆ ਕੀ ਆਪਣੇ ਘਰ ਜਿੱਤ ਦੀ ਹੈਟ੍ਰਿਕ ਬਣਾ ਸਕਦੇ ਹੋ ਅਗਲੀ ਕਹਾਣੀ ਪੰਜਾਬ ਦੇ ਐਂਗਲ ਤੋਂ ਅਜੀ ਆਪਾਂ ਲੈ ਲਈਏ ਲਗਾਤਾਰ ਤੀਜਾ ਮੈਚ ਹੈ ਪੰਜਾਬ ਦਾ ਜਿਹੜਾ ਬਾਹਰ ਖੇਡ ਰਹੀ ਹੈ ਮਤਲਬ ਜੀਟੀ ਰੋਡ ਤੇ ਦਹਾਈਆਂ ਪਾਵੇ ਜੀਟੀ ਰੋਡ ਤੇ ਚੱਲਦੀ ਜਾ ਰਹੀ ਹੈ ਰੋਡਵੇਜ ਦੀ ਗੱਡੀ ਚੱਲਦੀ ਜਾ ਰਹੀ ਹੈ ਮਤਲਬ ਪਹਿਲੇ ਗੱਡੀ ਜਾ ਕੇ ਰੁਕੀ ਸੀ ਬੈਂਗਲੌਰ ਉੱਥੇ ਆਪਾਂ ਹਾਰ ਗਏ ਸੀ ਫਿਰ ਗੱਡੀ ਗਈ ਸੀ ਆਪਣੀ ਲਖਨਊ ਉੱਥੇ ਥੋੜਾ ਹਾਰ ਜਾ ਗਏ ਸੀ ਤੇ ਹੁਣ ਲਗਾਤਾਰ ਤੀਜਾ ਤੀਜਾ ਮੈਚ ਇਹੋ ਜਿਹਾ ਜਿਹੜਾ ਆਪਾਂ ਬੇਗਾਨੇ ਘਰ ਖੇਡ ਰਹੇ ਆ ਮਤਲਬ ਹਰ ਦੂਜੇ ਦਿਨ ਸਮਾਨ ਪੈਕ ਕਰੋ ਚੱਲੋ ਸਮਾਨ ਪੈਕ ਕਰੋ ਅਨਪੈਕ ਕਰੋ ਪ੍ਰੈਕਟਿਸ ਕਰੋ ਫਿਰ ਪੈਕਿੰਗ ਕਰੋ ਲਗਾਤਾਰ ਤੀਜਾ ਮੈਚ ਬਾਹਰ ਖੇਲਣਾ ਆਸਾਨ ਨਹੀਂ ਹੁੰਦਾ ਤੇ ਲਗਾਤਾਰ ਦੋ ਮੈਚ ਪੰਜਾਬ ਦੀ ਟੀਮ ਹਾਰੀ ਵੀ ਐ ਇਹ ਸਾਰੀਆਂ ਗੱਲਾਂ ਹੌਲੀ ਹੌਲੀ ਕਰਕੇ ਦਿਮਾਗ ਨੂੰ ਤੱਕਾ ਤੰਦੂਰ ਬਣਾ ਦਿੰਦੀ ਐ ਤੇ ਉਮੀਦ ਕਰਦੇ ਤੰਦੂਰ ਦੇ ਉੱਤੇ ਦਾ ਢੱਕਣ ਖੋਲ ਦਿੱਤਾ ਜਾਵੇ ਤੇ ਭਾਪ ਸਾਰੀ ਜਿਹੜਾ ਅੰਦਰ ਉਹ ਕੋਲਾ ਬਲਦਾ ਨਾ ਉਹ ਨਿਕਲ ਆਵੇ ਸਵੇਰੇ ਸਵੇਰੇ ਸਾਡੇ ਢਾਬੇ ਵਾਲੇ ਤੰਦੂਰ ਬਾਲ ਕੇ ਉੱਤੇ ਟੱਕਣ ਲਾ ਕੇ ਰੱਖ ਦਿੰਦੇ ਆ ਕਿਨੂੰ ਕਿਨੂੰ ਨਹੀਂ ਪਤਾ ਹੱਥ ਖੜਾ ਕਰੋ ਉੱਤੇ ਮੁਰਗਾ ਬਾਂਜੋ ਅਗਲੀ ਕਹਾਣੀ ਕੀ ਹੈ ਅਗਲੀ ਕਹਾਣੀ ਗੁਜਰਾਤ ਦੇ ਐਂਗਲ ਤੋਂ ਹੈ ਕਿ ਸ਼ਾਹਰੁਖ ਖਾਨ ਆਪਣੀ ਸਾਬਕਾ ਟੀਮ ਦੇ ਸਾਹਮਣੇ ਖੇਡਣਗੇ ਪੰਜਾਬ ਵਾਲਿਆਂ ਨੇ ਆਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਛੜਤਾ ਸੀ ਬਾਹਰ ਕਿਨੇ 8.5 ਕਰੋੜ ਦੇ ਆਏ ਸੀ ਕਿ 10 ਕਰੋੜ ਦੇ ਆਏ ਸੀ ਤੇ ਤਕਰੀਬਨ ਉਨੀ ਹੀ ਅਮਾਉਂਟ ਤੱਕ ਉਹਨਾਂ ਦਾ ਪਿੱਛਾ ਵੀ ਕੀਤਾ ਗਿਆ ਸੀ ਆਕਸ਼ਨ ਦੇ ਵਿੱਚ ਮਤਲਬ ਉਹੀ ਉਹੀ ਉਹ ਐਕਸਪ੍ਰੈਸ਼ਨ ਨਿਕਲ ਰਹੇ ਮੇਰੇ ਕਿ ਭਾਈ ਜਦ ਸਾਢੇ 8 ਕਰੋੜ ਦੇ ਸ਼ਾਹਰੁਖ ਖਾਨ ਨੂੰ ਛੱਡ ਕੇ 7 7.5 ਕਰੋੜ ਤੱਕ ਉਹਨਾਂ ਦਾ ਪਿੱਛਾ ਵੀ ਕਰਦੇ ਪਏ ਸੀ ਉਹ ਚੱਕ ਚੱਕ ਕੇ ਤਾਂ ਫਿਰ ਉਹਨਾਂ ਨੂੰ ਛੱਡਣ ਦੀ ਕੀ ਲੋੜ ਸੀ ਮਤਲਬ ਕਿਉਂ ਉਹ ਚਲੋ ਪੁਰਾਣੀ ਕਹਾਣੀ ਹੋ ਗਈ ਪਰ ਕੀ ਸ਼ੋਮਨ ਗਿਲ ਕੀ ਅਸ਼ੀਸ਼ ਨੇਹਰਾ ਸਾਹਿਬ ਸ਼ਾਹਰੁਖ ਨੂੰ ਉਹਨਾਂ ਦੀ ਸਾਬਕਾ ਟੀਮ ਦੇ ਖਿਲਾਫ ਖੜਾਉਣਗੇ ਤੁਹਾਨੂੰ ਕੀ ਲੱਗਦਾ ਥੱਲੇ ਦੱਸੋ ਮੈਨੂੰ ਲੱਗਦਾ ਖੜਾਉਣਾ ਚਾਹੀਦਾ ਮੈਨੂੰ ਲੱਗਦਾ ਖੜਾਉਣਾ ਚਾਹੀਦਾ ਕਿਉਂਕਿ ਇੱਕ ਪ੍ਰੈਸ਼ਰ ਹੁੰਦਾ ਹੈ ਸਾਹਮਣੇ ਵਾਲੀ ਟੀਮ ਤੇ ਨਹੀਂ ਅਗਲੀ ਕਹਾਣੀ ਪੰਜਾਬ ਦੇ ਐਂਗਲ ਤੋਂ ਲੈ ਲੈਣੇ ਆ। ਜੇ ਆਪਾਂ 8.5 ਕਰੋੜ ਦੇ ਸ਼ਾਹਰੁਖ ਖਾਨ ਨੂੰ ਛੱਡਿਆ ਸੀ ਤਾਂ 11 ਕਰੋੜ ਦੇ ਹਰਸ਼ਲ ਪਟੇਲ ਨੂੰ ਵੀ ਲੈ ਕੇ ਆਏ ਸੀ। ਪਟੇਲ ਸਾਹਿਬ ਹਰ ਮੈਚ ਵਿੱਚ ਘਟੋ ਘਟ 45ਾਂ ਲਈ ਜਾ ਰਹੇ ਆ। ਮੱਲਾ ਮੈਂ ਯਾਰ ਰਾਈਮਿੰਗ ਜਿਹਾ ਸਿਰ ਜੇ ਹਿਲ ਰਹਿਣਾ ਮੇਰਾ ਇਹ ਮੈਨੂੰ ਸਮਝ ਨਹੀਂ ਆ ਰਹੀ ਕਿ ਐਨਾ ਪੈਸਾ ਲਾਇਆ ਕੰਨੂ ਸੀ। ਦਿੱਲੀ ਦੇ ਖਿਲਾਫ ਪਟੇਲ ਸਾਹਿਬ ਨੇ 47 ਰਨ ਦੇ ਕੇ ਦੋ ਵੈਕਟਾਂ ਲੀਆਂ। ਆਰਸੀਬੀ ਦੇ ਖਿਲਾਫ 45 ਰਨ ਦੇ ਕੇ ਬੋਣੀ ਨਹੀਂ ਹੋਈ। ਤੇ ਪਿਛਲੇ ਮੈਚ ਵਿੱਚ ਲਖਨਊ ਦੇ ਖਿਲਾਫ 45 ਰਨ ਦੁਬਾਰਾ ਦਿੱਤੇ ਇੱਕ ਵਿਕਟ ਮਿਲੀ ਤੇ ਤਿੰਨ ਮੈਚ ਤਿੰਨ ਵਿਕਟਾਂ ਮਿਲੀਆਂ ਪਰ ਤਿੰਨ ਮੈਚਾਂ ਵਿੱਚ ਰਲ ਕੇ ਮਾਲਕੋ ਰਨ ਤੁਸੀਂ ਡੇਢ ਕੋਸੂ ਖਾ ਲਏ 150 ਤੋਂ 10 ਕੋ ਘਟ ਖਾਦੇ ਆ ਮਤਲਬ ਮੋਟਾ ਮੋਟਾ ਸਾਹ ਉਹ ਹੀ ਹੈ 10 11 ਰਨ ਹਰ ਮੈਚ ਵਿੱਚ ਖਾ ਰਹੇ ਆ ਪਟੇਲ ਸਾਹਿਬ ਚੱਲਣਾ ਪੈਣਾ ਹੈ ਮਾਲਕੋ ਉੱਥੇ ਧਨ ਭਾਗ ਕਿ ਮਿਚਲ ਸਟਾਰਕ ਵੀ ਕੱਲ ਵਿਕਟ ਲੈ ਗਏ ਸਾਡੇ ਮਿਸਟਰ 25 ਕਰੋੜੀ ਜਿਆਦਾ ਪੈਸੇ ਵਾਲੇ ਖਿਡਾਰੀਆਂ ਤੇ ਪ੍ਰੈਸ਼ਰ ਆ ਜਾਂਦਾ ਹੈ ਉਮੀਦ ਕਰਦੇ ਆ ਉਂਗਲਾਂ ਕਰਾਸ ਕਰਕੇ ਰੱਖਦੇ ਆ ਕਰਕੇ ਰੱਖਦੇ ਆ ਕਿ ਪਟੇਲ ਸਾਹਿਬ ਅਜੇ ਵਿਕਟਾਂ ਲੈਣ ਵੈਸੇ ਵੀ ਜਿਹੜੀ ਅਹਮਦਾਬਾਦ ਦੀ ਪਿੱਛੇ ਜਿਹੜਾ ਉੱਥੋਂ ਦਾ ਮਾਹੌਲ ਹੈ ਸ਼ਾਮੀ ਵੀ ਤੇ ਰਾਤ ਨੂੰ ਖਾਸਾ ਉਥੇ ਫਾਸਟ ਬੋਲਰਾਂ ਨੂੰ ਸਵਿੰਗ ਬੋਲਰਾਂ ਨੂੰ ਮਦਦ ਕਰਦਾ ਹੈ ਇਸ ਤੋਂ ਬਾਅਦ ਆਪਾਂ ਤਿੰਨ ਖਿਡਾਰੀਆਂ ਦੀ ਗੱਲ ਕਰਦੇ ਆ ਜਿਨ੍ਹਾਂ ਤੇ ਬੜੀ ਕੈੜੀ ਨਜ਼ਰ ਸਾਰਿਆਂ ਦੀ ਹੋਣੀ ਚਾਹੀਦੀ ਹੈ ਪਹਿਲਾ ਮੁੰਡਾ ਪੰਜਾਬ ਦਾ ਜੌਨੀ ਜੌਨੀ ਹਾਂ ਬਾਪੂ ਰੰਡ ਬਣਾਏ ਇਹ ਉਹ ਕੀ ਹੁੰਦਾ ਬਾਪੂ ਪਿਛਲੇ ਮੈਚ 42 ਬਣਾਏ ਸੀ ਉਸ ਤੋਂ ਪਹਿਲੇ ਬੜੇ ਠੰਡੇ ਤੱਤੇ ਦੇ ਜੌਨੀ ਬੇਰਸਟੋ ਚੱਲ ਰਹੇ ਸੀ ਰਨ ਨਹੀਂ ਬਣ ਰਹੇ ਸੀ ਲਗਾਤਾਰ ਓਪਨ ਕਰਨ ਦਾ ਮੌਕਾ ਮਿਲ ਰਿਹਾ ਹੈ ਨੰਬਰ 3 ਤੇ ਪ੍ਰਭ ਸਿਮਰਨ ਵੀ ਆ ਰਹੇ ਹਨ ਚਲੋ ਸ਼ੁਕਰ ਹੈ ਕਿ ਪਿਛਲੇ ਮੈਚ 42 ਬਣਾਤੇ ਜੌਨੀ ਬੇਰਸਟੋ ਨੇ ਪਰ ਮਾਲਕੋ ਮੇਰੇ ਸਾਹਮਣੇ ਤੁਹਾਡੇ ਧੌਣ ਤੇ ਤਲਵਾਰ ਹੋਣੀ ਚਾਹੀਦੀ ਹੈ ਕਿਉਂਕਿ ਜੇ ਰਨ ਨਹੀਂ ਬਣਾਓਗੇ ਤਾਂ ਪ੍ਰਭ ਸਿਮਰਨ ਕਹਿ ਰਹੇ ਹਨ ਕਿ ਮੈਨੂੰ ਬਈ ਪਿਛਲੀ ਵਾਰ ਵਾਂਗੂ ਓਪਨਿੰਗ ਕਰਵਾਓ ਨੰਬਰ 2 ਗਬਰੂ ਪੰਜਾਬ ਦਾ ਮੁੰਡਾ ਫਾਜ਼ਲ ਕਾਦਾ ਤਾਂ ਸਰਪੰਚ ਗੁਜਰਾਤ ਦਾ ਸ਼ੁਭਮਨ ਗਿੱਲ ਦੇ ਬੈਟ ਤੋਂ ਵੀ ਹਲੇ ਰਨ ਨਹੀਂ ਬਣੇ ਹੈ ਪਿਛਲੀ ਵਾਰੀ ਤੁਸੀਂ ਸੰਤਰੀ ਟੋਪੀ ਪਾਈ ਸੀ ਤੇ ਦੂਜੇ ਸੰਤਰੀ ਟੋਪੀ ਦੇ ਦਾਵੇਦਾਰ ਯਸ਼ਸ਼ਵੀ ਜੈਸਵਾਲ ਕੋਲੋਂ ਵੀ ਹਲੇ ਰਨ ਨਹੀਂ ਬਣ ਰਹੇ ਸ਼ੁਭਮਨ ਗਿੱਲ ਕੋਲੋਂ ਵੀ ਨਹੀਂ ਬਣ ਰਹੇ ਆਪਣੇ ਘਰ ਖੇਡ ਰਹੇ ਆ ਆਪਣੀ ਹੋਮ ਸਟੇਟ ਦੇ ਸਾਹਮਣੇ ਖੇਡ ਰਹੇ ਆ ਸਾਡੇ ਦਿਲ ਦਾ ਪੰਜਾਬੀ ਕਹਿੰਦਾ ਕਿ ਸ਼ੁਭਮਨ ਗਿੱਲ ਬਿਲਕੁਲ ਰਨ ਬਣਾਉਣ ਤੇ ਪੰਜਾਬ ਜਿੱਤੇ ਇਹ ਜੇ ਖਿਡਾਰੀ ਜਿੰਦੇ ਤੇ ਤੁਹਾਡੀ ਜ਼ਰੂਰ ਨਜ਼ਰ ਹੋਣੀ ਚਾਹੀਦੀ ਹੈ ਗੁਣਾਦੀ ਖਾਨ ਰਾਸ਼ਿਦ ਖਾਨ ਉਹਨਾਂ ਤੋਂ ਵੀ ਵਿਕਟਾਂ ਨਹੀਂ ਆ ਰਹੀਆਂ ਪਿਛਲੀ ਵਾਰੀ ਲਗਾਤਾਰੋ ਜਮਣੀ ਟੋਪੀ ਦੀ ਰੇਸ ਵਿੱਚ ਖਾਸੇ ਹੀ ਮੂਰੇ ਨਿਕਲ ਗਏ ਸੀ ਕਾਫੀ ਅੱਗੇ ਸੀ ਪੂਰਾ ਸੀਜ਼ਨ ਬੜਾ ਹੌਨਾ ਦਾ ਧਮਾਕੇਦਾਰ ਰਿਹਾ ਸੀ ਹੈਟ੍ਰਿਕ ਵੀ ਲਈ ਸੀ ਪਰ ਹੱਲੇ ਰੰਨ ਪੈ ਰਹੇ ਤੇ ਵਿਕਟਾਂ ਨਹੀਂ ਆ ਰਹੀਆਂ ਇਸ ਵਾਸਤੇ ਇਹਨਾਂ ਤਿੰਨ ਖਿਡਾਰੀਆਂ ਤੇ ਜ਼ਰੂਰ ਨਜ਼ਰ ਰੱਖਿਆ ਜੇ ਅਗਲੀ ਕਹਾਣੀ ਦੋ ਸਰਪੰਚਾਂ ਦੀ ਕਹਾਣੀ ਹੈ ਇੱਕ ਪਾਸੇ ਗਿੱਲ ਸਾਹਿਬ ਹੈ ਤੇ ਇੱਕ ਪਾਸੇ ਗੱਬਰ ਸਾਹਿਬ ਹੈ ਸ਼ਖਰ ਤਵਨ ਮੁੰਡਾ ਦਿੱਲੀ ਦਾ ਸਰਪੰਚ ਪੰਜਾਬ ਦਾ ਤੇ ਮੁੰਡਾ ਪੰਜਾਬ ਦਾ ਸਰਪੰਚ ਗੁਜਰਾਤ ਦਾ ਇੱਕ ਭਾਰਤੀ ਟੀਮ ਦੇ ਨਾਲ ਸਟਾਰ ਰਹਿ ਚੁੱਕੇ ਹਨ तकरीबन तकरीबन ਹੁਣ ਇਤਿਹਾਸ ਆਪਾ ਉਹਨਾਂ ਨੂੰ ਕਹਿ ਸਕਦੇ ਆ ਤੇ ਇੱਕ ਪਾਸੇ ਭਾਰਤੀ ਟੀਮ ਦਾ ਵਰਤਮਾਨ ਅਤੇ ਪਵੇਖ ਹੈ ਸ਼ੋਮਨ ਗਿੱਲ ਦੋਵੇਂ ਹੀ ਬੜੇ ਕਮਾਲ ਦੇ ਬੈਟਸਮੈਨ ਦੋਵੇਂ ਬੜੇ ਦਿਲਦਾਰ ਹਨ ਦੋਹੇ ਦੋਵੇਂ ਹੀ ਬੜੇ ਦਲੇਰ ਹਨ ਤਾਂ ਦੋਵਾਂ ਨੂੰ ਅਸੀਂ ਰਜ ਰਜ ਕੇ ਪਿਆਰ ਕਰਦੇ ਹਾਂ ਦੇ ਜਾਂਦੇ ਜਾਂਦੇ ਤੁਹਾਨੂੰ ਅ ਕੱਲ ਮੈਨੂੰ ਸੋਸ਼ਲ ਮੀਡੀਆ ਤੇ ਲੱਭਾ ਇਹ ਜਰਾ ਜਾਂਦੇ ਜਾਂਦੇ ਤੁਹਾਨੂੰ ਅਸੀਂ ਉਹ ਦਿਖਾ ਜਾਨਨੇ ਆ ਕਿਦਾਂ ਪ੍ਰੈਕਟਿਸ ਚੱਲ ਰਹੀ ਸੀ ਉੱਥੇ ਨਿਹਰਾ ਸਾਹਿਬ ਖੜੇ ਸੀ ਜਵਾਕਾਂ ਦੇ ਨਾਲ ਉੱਥੇ ਗਿੱਲ ਸਾਹਿਬ ਖੜੇ ਸੀ ਉੱਥੇ ਬਰਾੜ ਸਾਹਿਬ ਸਾਰੇ ਹਰਪ੍ਰੀਤ ਬਰਾੜ ਬੜੀ ਸੋਹਣੀਆਂ ਇਸ ਵਾਰੀ ਫਿਰਕੀ ਬੋਲਿੰਗ ਪਾ ਰਹੇ ਆ ਬਰਾੜ ਸਾਹਿਬ ਗਾਣਾ ਵੀ ਬੜਾ ਪਿਆਰਾ ਗਾਉਂਦੇ ਆ ਆ ਜਾਂਦੇ ਜਾਂਦੇ ਜਰਾ ਬਰਾੜ ਸਾਹਿਬ ਦਾ ਗਾਣਾ ਸੁਣੋ ਕੱਡ ਦਿੰਦੇ ਆਂ ਤਰਹਾ ਮੁੰਡੇ ਮਾਰ ਕੇ ਹੀ ਦਾਬਾ ਸਵਾ ਲੱਖ ਨਾਲ ਖਜੇ ਸਾਡਾ ਸੱਤਰ ਹੰਦਾ ਬਾਬਾ ਉੱਥੇ ਪਿੰਡਾਂ ਚੋਂ ਤੇ ਘੰਮੇ ਨੀਓ ਲੈ ਕੇ ਗਲਾਬ ਮੁੰਡਾ ਰੀਪਰਡੈਂਟ ਦੇਖ ਕਰਦਾ ਪੰਜਾਬ ਵੱਡੇ ਹੋਏ ਆ ਜੋ ਸ਼ੇਰ ਨਾਲੂਏ ਨੂੰ ਖਿੱਚ ਹੌਲਾ ਯਾਰ ਇਹ ਵੀ ਦਰਵਾਜ਼ਾ ਅਰੇ ਭਾਈ ਲੱਗ ਗਿਆ ਕਰ ਰਿਹਾ ਭਾਈ ਹੁਣ ਤੇ ਕੋਈ ਗੱਲ ਨਹੀਂ ਕੋਈ ਰਿਐਕਸ਼ਨ ਨਹੀਂ ਇਹ ਤਾਂ ਨਾ ਉਹਨਾਂ ਨਾਲੂ ਦੇ ਤੇ ਮੈਨੂੰ ਦਿਓ ਇਜਾਜ਼ਤ ਅਗਲੇ ਵੀਡੀਓਜ਼ ਫੇਰ ਮਿਲਾਂਗੇ ਤਬ ਤੱਕ ਲਈ ਇਜਾਜ਼ਤ ਦਿਜੀਏ ਪ੍ਰਭੂ ਨਮਸਕਾਰ ਜੈ ਹਿੰਦ